ਫਾਜ਼ਿਲਕਾ ਪੁਲਿਸ ਨੇ ਲੁੱਟਖੋਹ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦੇ ਹੋਏ ਗਰੋਹ ਦੇ 5 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਕੋਲੋਂ ਤੇਜ਼ਧਾਰ ਹਥਿਆਰ, ਮੋਟਰਸਾਈਕਲ, ਕਾਰ ਅਤੇ ਖਿਲੌਣਾ ਪਿਸਤੌਲ ਵੀ ਬਰਾਮਦ ਕੀਤੇ ਗਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ DSP ਜਗਦੀਸ਼ ਕੁਮਾਰ ਨੇ ਦੱਸਿਆ ਹੈ ਕਿ ਇਸ ਗਰੋਹ ਵੱਲੋਂ ਫਾਜ਼ਿਲਕਾ ਇਲਾਕੇ ਅੰਦਰ ਤੇਜ਼ਧਾਰ ਹਥਿਆਰਾਂ ਦੇ ਨਾਲ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ। ਇਸ ਦੇ ਨਾਲ ਹੀ ਇਹਨਾਂ ਵੱਲੋਂ ਇੱਕ ਖਿਲੌਣਾ ਪਿਸਤੌਲ ਦਿਖਾ ਕੇ ਵੀ ਲੋਕਾਂ ਕੋਲੋਂ ਲੁੱਟਖੋਹ ਕੀਤੀ ਜਾਂਦੀ ਸੀ। ਉਹਨਾਂ ਕਿਹਾ ਕਿ ਇਹਨਾਂ ਵੱਲੋਂ ਰਾਤ ਦੇ ਸਮੇਂ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ। ਪੁਲਿਸ ਨੇ ਇਹਨਾਂ ਕੋਲੋਂ 12 ਮੋਬਾਈਲ ਫੋਨ, 1 ਕਿਰਪਾਨ, 2 ਕਾਪੇ, 3 ਮੋਟਰਸਾਈਕਲ, 1 ਕਾਰ ਅਤੇ ਚਾਈਨਾ ਦਾ ਬਣਿਆ ਹੋਇਆ ਇੱਕ ਖਿਲੌਣਾ ਪਿਸਤੌਲ ਵੀ ਬਰਾਮਦ ਕੀਤਾ ਹੈ। ਚੋਰੀ ਦੇ ਮਾਮਲੇ ਸਰ, ਚੋਰੀ ਕੀਤੀ ਸੀ ਸਰ, ਬਾਈਕ, ਫੋਨ ਵਗੈਰਾ ਸਰ। ਤਕਰੀਬਨ ਮਹੀਨੇ ਤੋਂ ਸਾਡੇ ਸਰ 3 ਕੁ ਬਾਈਕ ਨੇ, ਬਸ 11 ਕੁ ਮੋਬਾਈਲ ਹੈ ਸਰ। ਸਰ 3 ਸ਼ਹਿਰ 'ਚ ਮੋਟਰਸਾਈਕਲ ਚੱਕ ਨੇ ਸਰ, ਬਾਕੀ ਅਲੱਗ ਅਲੱਗ ਜਗ੍ਹਾ ਤੋਂ ਸਰ। 3 ਸ਼ਹਿਰ ਬਾਈਕ ਚੱਕ ਨੇ, ਬਾਕੀ ਅਲੱਗ ਅਲੱਗ ਜਗ੍ਹਾ ਤੋਂ ਕੀਤੇ ਸਰ। ਸਰ ਜਿਹੜੇ ਕੋਈ ਲੈ ਲੈਂਦੇ ਬਸ ਭੇਜ ਦਿੰਦੇ ਸਰ, ਇਸ ਨੇ ਸਰ ਬਸ ਸਰ ਬੇਰੁਜ਼ਗਾਰ ਸੀ, ਮਜ਼ਬੂਰੀ ਸਰ। ਇਹ ਅਸੀਂ ਇੱਕ ਲੁਟੇਰਾ ਗਰੋਹ ਹੈ ਜਿਹਦੇ 5 ਮੈਂਬਰ ਨੇ ਉਹ ਗ੍ਰਿਫਤਾਰ ਕੀਤੇ ਨੇ। ਇਹ ਕੀ ਰਾਤ ਨੂੰ ਜਿਹੜੇ ਸੀ, ਜਿਹੜਾ ਰਾਹੀਗੀਰ ਸੀ ਉਹਦੇ ਕੋਲੋਂ ਪੈਸੇ ਮੋਬਾਈਲ ਖੋਹ ਲੈਂਦੇ ਸੀ, ਜਾਂ ਜਿੱਦਾਂ ਫਾਈਨਾਂਸ ਕੰਪਨੀਆਂ ਦੇ ਜੇ ਏਜੰਟ ਪੈਸੇ ਇਕੱਠੇ ਕਰਕੇ ਲਿਆਉਂਦੇ ਸੀ, ਉਹਨਾਂ ਤੋਂ ਪੈਸੇ ਖੋਹ ਕੇ ਲੈ ਜਾਂਦੇ ਸੀ। ਰਾਤ ਨੂੰ ਪੰਪ ਤੋਂ ਤੇਲ ਪਾਉਣ ਦੇ ਬਹਾਨੇ ਪੰਪਾਂ ਤੋਂ ਇਹ ਲੁੱਟ ਕੇ ਲੈ ਜਾਂਦੇ ਸੀਗੇ। ਇਹ ਗ੍ਰਿਫਤਾਰ ਕੀਤੇ ਨੇ ਇੰਸਪੈਕਟਰ ਜਸਵੰਤ ਸਿੰਘ SHO ਕੂਹੀਖੇੜਾ ਵੱਲੋਂ। ਇਹਨਾਂ ਕੋਲੋਂ 3 ਵਾਰਦਾਤਾਂ ਤਾਂ ਜਿਹੜੀਆਂ ਰਜਿਸਟਰਡ ਹੋ ਚੁੱਕੀਆਂ ਨੇ। ਪਹਿਲਾਂ ਇਹਨਾਂ ਨੇ ਬੇਗਾ ਲਈ ਪੈਟਰੋਲ ਪੰਪ ਲੁੱਟਿਆ ਸੀ, 15,000 ਰੁਪਏ। ਇਸ ਤੋਂ ਇਲਾਵਾ 24,000 ਰੁਪਏ ਫਾਈਨਾਂਸ ਕੰਪਨੀ ਤੋਂ ਅਭੁੰਨ ਪਿੰਡ ਕੋਲੋਂ ਲੁੱਟਿਆ ਸੀ ਇਹਨਾਂ ਨੇ। ਸ਼ਤੀਰ ਵਾਲੇ ਕੋਲੋਂ ਇਹਨਾਂ ਨੇ ਇੱਕ ਰਾਹੀਗੀਰ ਤੋਂ ਮੋਬਾਈਲ ਅਤੇ ਉਹਦੇ ਪੈਸੇ ਲੁੱਟੇ ਸੀ। ਸ਼ਹਿਰ 'ਚੋਂ ਮੋਟਰਸਾਈਕਲ ਚੋਰੀ ਕੀਤੇ ਹੈ ਅਤੇ ਮੋਬਾਈਲ ਸਨੈਚ ਕਰ ਲੈਂਦੇ ਸੀ, ਜਿਹਦੇ 'ਚੋਂ ਅਸੀਂ 12 ਮੋਬਾਈਲ ਰਿਕਵਰ ਹੋ ਗਏ ਨੇ, 3 ਮੋਟਰਸਾਈਕਲ ਰਿਕਵਰ ਹੋ ਗਏ ਨੇ, 2 ਕਾਪੇ ਅਤੇ 1 ਕਿਰਪਾਨ ਰਿਕਵਰ ਹੋ ਗਈ ਹੈ, ਅਤੇ 1 ਜਿਹੜਾ ਖਟਾਉਣਾ ਪਿਸਟਲ ਹੈ ਉਹ ਵੀ ਅਸੀਂ ਰਿਕਵਰ ਕਰ ਲਿਆ। ਕੁਛ ਨਹੀਂ, ਇਹ ਵਿਹਲੜ ਆਦਮੀ ਨੇ, ਇਹ ਜੋ ਲੋਕਾਂ ਕੋਲੋਂ ਪੈਸੇ ਲੁੱਟ ਲੈਂਦੇ ਨੇ ਉਹਨੂੰ ਸ਼ਾਮ ਨੂੰ ਉਹਦੇ ਨਾਲ ਬਹਿ ਕੇ ਆਪਦੀ ਜਾਸੀ ਕਰਦੇ ਨੇ। ਨਹੀਂ, ਇਹ ਨਸ਼ਾ ਦੂਸਰਾ ਨਹੀਂ, ਸਿਰਫ ਆਪਦੀ ਡਰਿੰਕ ਵਗੈਰਾ ਕਰਨ ਲਈ, ਹੋਰ ਕੰਮ ਕੋਈ ਕਰਦੇ ਨਹੀਂ, ਉਹ ਚੰਗਾ ਖਾਣ ਪੀਣ ਲਈ ਜਿਹੜਾ ਇਹ ਵਾਰਦਾਤਾਂ ਕਰਦੇ ਨੇ। ਹਾਂਜੀ, ਪਹਿਲਾਂ ਵੀ ਇਹਨਾਂ 'ਤੇ ਵਾਰਦਾਤਾਂ ਦਾ ਰਿਕਾਰਡ ਨੇ, ਇਹਨਾਂ 'ਚੋਂ ਇੱਕ ਦੋਸ਼ੀ ਤਾਂ ਪਹਿਲਾਂ ਇੱਕ ਕਤਲ ਦਾ ਮੁਕਦਮਾ ਵੀ ਦਰਜ ਹੈ। ਮਾਸਟਰਮਾਈਂਡ ਇਹਨਾਂ 'ਚ ਗੁਰਪ੍ਰੀਤ OP ਹੈ, ਜਿਹੜਾ ਸਾਰਿਆਂ ਨੂੰ ਇਕੱਠੇ ਕਰਕੇ ਵੱਖ ਵੱਖ ਵਾਰਦਾਤਾਂ ਦੀ ਯੋਜਨਾ ਬਣਾਉਂਦਾ ਸੀ ਅਤੇ ਇਹ ਲੁੱਟ ਕਰਦਾ ਸੀ। ਇਹਨਾਂ ਨੇ ਜਿਹੜਾ ਖਿਲੌਣਾ ਵਾਰਦਾਤ ਨੇ, ਪੈਟਰੋਲ ਪੰਪ ਵੀ ਇਹਨਾਂ ਨੇ ਉਸ ਵਾਰਦਾਤ ਕੀਤੀ ਪਿਸਟਲ ਨਾਲ। ਜਿਹੜਾ ਫਾਈਨਾਂਸ ਤੋਂ ਪੈਸੇ ਖੋਏ ਸੀ ਉਹ ਵੀ ਇਸੇ ਪਿਸਟਲ ਨਾਲ ਖੋਏ ਸੀ। ਇੱਕ ਸ਼ਤੀਰ ਵਾਲੇ ਤੋਂ, ਜਿਹੜਾ ਇਹਨਾਂ ਨੇ ਰਾਹੀਗੀਰ ਤੋਂ ਮੋਬਾਈਲ 'ਤੇ ਪੈਸੇ ਖੋਏ ਸੀ, ਉਹ ਵੀ ਇਸੇ ਪਿਸਟਲ ਨਾਲ ਖੋਏ ਸੀ। ਜ਼ਖਮੀ ਕੋਈ ਨਹੀਂ ਹੋਇਆ ਸੀ, ਡਰਾ ਕੇ ਉੱਥੋਂ ਲੁੱਟ ਕੇ ਲੈ ਜਾਂਦੇ ਸੀ। ਕੋਈ ਮੈਂਬਰ ਰਹਿਤਾ ਨਹੀਂ ਗਿਆ ਜੀ ਇਹਨਾਂ ਦਾ, ਕਿ ਫੜਨ ਵਾਲਾ ਕਿ ਹੋਰ ਖੁਲਾਸੇ ਹੋ ਸਕਦੇ? ਹਜੇ ਇਹਨਾਂ ਤੋਂ ਪੁੱਛਗਿੱਛ ਜਾਰੀ ਹੈ, ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਲਵਾਂਗੇ। ਹੋਰ ਵੀ ਕੋਈ ਸਾਥੀ ਇਹਨਾਂ ਦੇ ਹੋ ਸਕਦੇ ਹੈ, ਉਹ ਵੀ ਅਸੀਂ ਦੇਖਾਂਗੇ ਜੀ ਸਰ। ਇਸ ਤੋਂ ਇਲਾਵਾ ਇੱਕ ਸਿਟੀ ਫਾਜ਼ਿਲਕਾ ਦੇ ਵਿੱਚ ਕਾਰ ਜਨ ਚੋਰੀ ਹੋਈ ਸੀ 30 ਤਰੀਕ ਨੂੰ, ਅਤੇ ਇੱਕ ਬੈਟਰੀਆਂ ਅਤੇ ਕੇਬਲ ਸੀ ਜਿਹੜਾ ਕੰਪਨੀ ਦੇ ਚੋਰੀ ਹੋਈ ਸੀ, ਉਹ ਵੀ ਅਸੀਂ ਕਾਰ ਰਿਕਵਰ ਕਰ ਲਈ ਹੈ। ਜੇ ਬੈਟਰੀਆਂ ਅਤੇ ਜਿਸਨੇ ਕੇਬਲ ਚੋਰੀ ਕੀਤੀ ਸੀ ਉਹ ਦੋਸ਼ੀ ਵੀ ਗ੍ਰਿਫਤਾਰ ਕਰ ਲਿਆ। ਨਹੀਂ, ਜਿਹੜਾ ਕੇਬਲ ਚੋਰੀ ਸੀ ਉਹ ਤਾਂ ਉਹਨਾਂ ਦਾ ਮੁਲਾਜ਼ਮ ਹੀ ਸੀ, ਪਹਿਲਾਂ ਉਹ ਹਟਾ ਦਿੱਤਾ ਗਿਆ ਸੀ, ਸਿਕਿਉਰਿਟੀ ਗਾਰਡ ਸੀ, ਉਹਨੂੰ ਇਹਨਾਂ ਨੇ ਕੰਪਨੀ 'ਚੋਂ ਬਾਹਰ ਕੱਢ ਦਿੱਤਾ ਗਿਆ ਸੀ। ਫਾਜ਼ਿਲਕਾ ਤੋਂ ਰਣਜੀਤ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।